ਮੈਂ ਬੜੇ ਉਮਤੀ ਵੇਖਦਾ ਬਈ ਉਹ ਲਬੈਕ ਦਾ ਹੱਥ ਚੁੱਕਦੇ ਵੀ ਨਾ ਉਹਨਾਂ ਨੂੰ ਸ਼ਰਮ ਆਉਂਦੀ ਕਿਉਂ ਜੀ ਇਹ ਜੀ ਉਹ ਅਸੀਂ ਬੜੇ ਜਨਾਬ ਸੋਫਿਸਟੀਕੇਟਡ ਹਾਂ ਅਸੀਂ ਬੜੇ ਪੜ੍ਹੇ ਲਿਖੇ ਹਾਂ ਲੋਕ ਕੀ ਕਹਿਣਗੇ ਤੁਸੀਂ ਹਜ਼ੂਰ ਦਾ ਨਾਰਾ ਲਾ ਰਹੇ ਹੋ ਅਤੇ ਕਿਆਮਤ ਵਾਲੇ ਦਿਨ ਪਤਾ ਕੀ ਹੋਣਾ ਇਮਾਮ ਉਲ ਅੰਬੀਆ ਨੇ ਘਿਰਿਆ ਹੋਣਾ ਐਂ ਕਰਕੇ ਸਾਰੇ ਉਮਤੀ ਹਜ਼ੂਰ ਮੈਂ ਫਸ ਗਿਆ ਮੇਰੇ ਨਾਮਾ ਅਮਾਲ ਮੇਰਾ ਜਨਾਬ ਤੋਂ ਸਿਰਾਤ ਮੇਰੀ ਜ਼ੁਬਾਨ ਬਾਹਰ ਆਈ ਹੈ ਜਨਾਬ ਹੌਜ਼ੇ ਕੌਸਰ ਦਾ ਜਨਾਬ ਇੱਕ ਪਿਆਲਾ ਇੱਕ ਜਾਮ ਹਜ਼ੂਰ ਹੈ ਮੀਜ਼ਾਨ 'ਤੇ ਮੈਂ ਫਸ ਗਿਆ ਪੁਲ ਸਿਰਾਤ 'ਤੇ ਫਸ ਗਿਆ ਐਂ ਕਰਕੇ ਸਾਰਿਆਂ ਦੇ ਹੱਥ ਹਜ਼ੂਰ ਵੱਲ ਹੋਣੇ ਅਤੇ ਜਨਾਬ ਜਿਹੜੇ ਗੁਨਾਹਗਾਰ ਸਾਡੇ ਵਰਗੇ ਹੋਣੇ ਨਾ ਤਾਂ ਅਸੀਂ ਉੱਥੇ ਵੀ ਕਹਿ ਰਹੇ ਹੋਵਾਂਗੇ ਲੱਭੇ ਮੈਨੂੰ ਇਹ ਦੱਸੋ ਬਈ ਇਹ ਦੁਨੀਆ ਦਾ ਦਸਤੂਰ ਹੈ ਜਦੋਂ ਰਸ਼ ਬਹੁਤਾ ਹੋਵੇ ਐਨ ਝਰਮਟ ਮਜਾ ਹੋਵੇ ਤਾਂ ਉੱਥੇ ਆਪਣੀ ਪਹਿਚਾਣ ਕਰਾਉਣ ਦਾ ਤਰੀਕਾ ਕੀ ਹੈ ਇੰਜੀ ਹੈ ਨਾ ਇੰਜੀ ਹੈ ਅਤੇ ਜਦੋਂ ਮਾਸ਼ਰ ਦਾ ਮੈਦਾਨ ਹੋਣਾ ਅਤੇ ਸਾਡੀ ਪਹਿਚਾਣ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੋਣੀ ਹੋਰ ਕਿਸ ਤਰ੍ਹਾਂ ਆਖਰੀ ਬਾਤ ਅੱਲਾ ਨੇ ਸਵਾਲ ਹੀ ਤਿੰਨ ਰੱਖੇ ਕਬਰ 'ਚ ਮਰ ਰੱਬੋ ਕਾ ਵੈਸੇ ਤਾਂ ਹਜ਼ੂਰ ਦੇ ਗੁਲਾਮਾਂ ਦੀ ਸ਼ਾਨ ਹੀ ਵੱਖਰੀ ਨਾ ਇਹ ਸਵਾਲ ਤਾਂ ਤੁਹਾਡੇ ਮੇਰੇ ਗੁਨਾਹਗਾਰਾਂ ਵਾਸਤੇ ਨਾ ਜਿਹੜੇ ਪਾਕ ਲੋਕ ਹਨ ਇਮਾਮ ਉਲ ਹਰਮੈਨ ਇਮਾਮ ਅਬੂਲ ਮੌਲੀ ਆਪ ਜਦੋਂ ਕਬਰ 'ਚ ਪਹੁੰਚੇ ਨਾ ਤਾਂ ਮੁਨਕਿਰ ਨਕੀਰ ਆ ਗਿਆ ਉਹਨੇ ਕਿਹਾ ਮਰ ਰੱਬੋ ਕਾ ਬਾਬਾ ਜੀ ਦੱਸੋ ਮਰ ਰੱਬੋ ਕਾ ਅਤੇ ਆਪ ਨੇ ਚਿੱਟੀ ਦਾੜੀ ਆਪਣੇ ਹੱਥ 'ਚ ਪੜ ਲਈ ਐਂ ਕਰਕੇ ਮੈਂ ਲੋਕਾਂ ਨੂੰ 80 ਸਾਲ ਰੱਬ ਰੱਬ ਦੱਸਦਾ ਰਿਹਾ ਹੁਣ ਤੁਸੀਂ ਮੇਰੇ ਕੋਲ ਪੁੱਛਣ ਆ ਗਏ ਹੋ ਰੱਬ ਕੌਣ ਹੈ ਇਹ ਤਾਂ ਹਜ਼ੂਰ ਦੇ ਗੁਲਾਮਾਂ ਦੀ ਸ਼ਾਨ ਹੈ ਇਹ ਹਾਫਿਜ਼ ਸਾਹਿਬ ਬਾਬਾ ਜੀ ਫਰਮਾਉਂਦੇ ਸਨ ਸਾਡੇ ਇੱਕ ਹਾਫਿਜ਼ ਸਾਹਿਬ ਸਨ ਕਸੂਰ ਦੇ ਉਹਨਾਂ ਗਾਜ਼ੀ ਇਲਮੁਦੀਨ ਦੀ ਕਬਰ 'ਤੇ ਜਾ ਕੇ ਮੁਰਾਕਬਾ ਕੀਤਾ ਇਹ ਕਸ਼ਫੁਲ ਕਬੂਰ ਇਹ ਵੀ ਇੱਕ ਇਲਮ ਹੈ ਅਤੇ ਜਨਾਬ ਜਦੋਂ ਮੁਰਾਕਬਾ ਕੀਤਾ ਉਹਨਾਂ ਕਿਹਾ ਦੱਸੋ ਗਾਜ਼ੀ ਸਾਹਿਬ ਮੁਨਕਿਰ ਨਕੀਰ ਆਏ ਸਨ ਉਹਨਾਂ ਕਿਹਾ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਮੁਨਕਿਰ ਨਕੀਰ ਕੀ ਹੁੰਦਾ ਸਾਨੂੰ ਤਾਂ ਕੋਈ ਪਤਾ ਇਹ ਹਜ਼ੂਰ ਦੇ ਗੁਲਾਮ ਪਾਕਾਂ ਦੀ ਗੱਲ ਹੈ ਅੱਲਾਹ ਤਾਲਾ ਨੇ ਤਿੰਨ ਸਵਾਲ ਰੱਖੇ ਮਰ ਰੱਬੋ ਕਾ ਦੱਸ ਬਈ ਤੇਰਾ ਰੱਬ ਕੌਣ ਹੈ ਮਾ ਦੀਨੂ ਕਾ ਦੱਸ ਤੇਰਾ ਦੀਨ ਕੀ ਹੈ ਆਖਰੀ ਸਵਾਲ ਜਿਹੜਾ ਹੁੰਦਾ ਨਾ ਪੇਪਰ 'ਚ ਉਹ ਵੀ ਬੜਾ ਸਖਤ ਆਉਂਦਾ ਅਤੇ ਆਖਰੀ ਸਵਾਲ ਅੱਲਾਹ ਤਾਲਾ ਨੇ ਰੱਖੇ ਹੀ ਆਪਣੇ ਹਬੀਬ ਦੇ ਬਾਰੇ ਮਾ ਕੁਨ ਤਕੂਲੂ ਫੀ ਹੱਕ ਹਾਜ਼ਰ ਰਜੁਲ ਦੱਸ ਦੁਨੀਆ 'ਤੇ ਇਹਨਾਂ ਦੇ ਬਾਰੇ ਕੀ ਕਹਿੰਦਾ ਰਹਿੰਦਾ ਸਰ ਇਹੀ ਸਵਾਲ ਹੈ ਨਾ ਇਮਾਮ ਉਲ ਅੰਬੀਆ ਦੀ ਸ਼ਬੀਹ ਮੁਬਾਰਕਾ ਸਾਹਮਣੇ ਦਿਖਾਈ ਜਾਏਗੀ ਔਰ ਪੁੱਛਿਆ ਜਾਏਗਾ ਦੱਸ ਦੁਨੀਆ 'ਤੇ ਇਹਨਾਂ ਦੇ ਬਾਰੇ ਕੀ ਕਹਿੰਦਾ ਰਹਿੰਦਾ ਸੈਂ ਅਤੇ ਹਰ ਕੋਈ ਫਿਦਾ ਹੈ ਬਿਨ ਦੇਖੇ ਦੀਦਾਰ ਕਾ ਆਲਮ ਕਿਆ ਹੋਗਾ ਕੋਈ ਖੁਸ਼ਕਿਸਮਤ ਹੈ ਜਿਹਨੂੰ ਜ਼ਿਆਰਤ ਨਸੀਬ ਹੋਏਗੀ ਅਸੀਂ ਤਾਂ ਜਨਾਬ ਹਜ਼ੂਰ ਦੇ ਐਂ ਸੁਣਿਆ ਨਾ ਕਾਫ ਗੈਸੂ ਹਾ ਦਾਨ ਯਾਂਖੇ ਅਬਰੂ ਐਨ ਸਾਦ ਕਾਫ ਹਾ ਯਾ ਐਨ ਸਾਦ ਉਨਕਾ ਹੈ ਚਿਹਰਾ ਨੂਰ ਕਾ ਅਸੀਂ ਤਾਂ ਉਹਨਾਂ ਮਾਂ ਕੋਈ ਸੁਣਿਆ ਨਾ ਹਜ਼ੂਰ ਦੀਆਂ ਮੁਬਾਰਕ ਜ਼ੁਲਫਾਂ ਇਹੋ ਜਿਹੀਆਂ ਹਜ਼ੂਰ ਦੇ ਅਬਰੂ ਇਹੋ ਜਿਹਾ ਹਜ਼ੂਰ ਦਾ ਮੁਬਾਰਕ ਨੱਕ ਇਹੋ ਜਿਹਾ ਹਜ਼ੂਰ ਦੀ ਮੁਬਾਰਕ ਚਸ਼ਮਾਨ ਇਹੋ ਜਿਹਾ ਹਜ਼ੂਰ ਦੀ ਮੁਬਾਰਕ ਰੁਖਸਾਰ ਇਹੋ ਜਿਹਾ ਹਜ਼ੂਰ ਦੀ ਮੁਬਾਰਕ ਥੋੜ੍ਹੀ ਇਹੋ ਜਿਹਾ ਹਜ਼ੂਰ ਦੇ ਮੁਬਾਰਕ ਕੰਨ ਇਹੋ ਜਿਹਾ ਦੂਰੋਂ ਨਜ਼ਦੀਕ ਕੇ ਸੁਣਨੇ ਵਾਲੇ ਵੋ ਕਾਨ ਕਾਨ ਲਾਲੇ ਕਰਾਮਤ ਪੇ ਲਾਖੋ ਸਲਾਮ ਹਾਂਜੀ ਆਂਖ ਜਿਸ ਸਭ ਤੋਂ ਠੀਕ ਨਹੀਂ ਕਰਦੀ ਆ ਇਹ ਸਾਰਾ ਕੁਝ ਅਸੀਂ ਬੋਲਾ ਮਾਂ ਕੋ ਸੁਣਦੇ ਰਹੇ ਹਾਂ ਨਾ ਜਦੋਂ ਅੱਜ ਸਾਹਮਣੇ ਬੈਠਾ ਉਹਨਾਂ ਨੇ ਪੁੱਛਣਾ ਮਾ ਕੁਨ ਤਾ ਤਕੂਲੂ ਫੀ ਹੱਕ ਹਾਜ਼ਰ ਰਜੁਲ ਦੁਨੀਆ 'ਚ ਇਹਨਾਂ ਦੇ ਬਾਰੇ ਕੀ ਕਹਿੰਦੇ ਰਹਿੰਦੇ ਸੋ ਤਾਂ ਅਸੀਂ ਤਾਂ ਕਹਾਂਗੇ ਜਦੋਂ ਹਜ਼ੂਰ ਦਾ ਨਾਰਾ ਆਉਂਦਾ ਸੀ ਅਸੀਂ ਕਹਿੰਦੇ ਸਾਂ ਫਿਦਾ ਕਾ ਬੀ ਵਾ ਉਮੀ ਯਾ ਰਸੂਲ ਅੱਲਾ